ਨਾਲ ਦਰਾਮਦ ਹੋ ਸਕਣਾ ਕਿਉਂਕਿ ਅਸਾਂ ਸਾਡੀ ਜਮਹੂਰੀਅਤ ਜਿਹੜੀ ਆ ਪਾਕਿਸਤਾਨ ਵਿੱਚ ਆਜ਼ਾਦ ਕਸ਼ਮੀਰ 'ਚ ਮਤਲਬ ਹੈ ਅਸਾਂ ਕਹਿ ਸਕਦੇ ਹਾਂ ਕਿ ਇਜ਼ ਗੈਟਿੰਗ ਵੈਰੀ ਯੰਗਰ ਸਮਥਿੰਗ ਇਟ ਗੈਟਸ ਓਲਡਰ ਦੈਨ ਇਟ ਗੈਟਸ ਯੰਗਰ ਇਸ ਲਈ ਮੈਂ ਸਮਝਦਾ ਹਾਂ ਕਿ ਅੱਬ ਜੋ ਕਿ ਪਾਕਿਸਤਾਨ ਮੇਂ ਜਮਹੂਰੀਅਤ ਜੋ ਹੈ ਵੋ ਆਪਣੇ ਰੱਬ ਲੱਗੀ ਪਈ ਤਾਂ ਹੁਣ ਇਸੇ ਤਰ੍ਹਾਂ ਜਿਹੜਾ ਹੈ ਨਾ ਰਿਐਕਸ਼ਨ ਜਿਹੜਾ ਆਉਣਾ ਚਾਹੀਦਾ ਬਾਕੀ ਆਜ਼ਾਦ ਕਸ਼ਮੀਰ ਜਦੋਂ ਇਲੈਕਸ਼ਨ ਆਉਣ ਤਾਂ ਪਾਕਿਸਤਾਨ ਵਿੱਚ ਹੀ ਟ੍ਰਾਂਸਪੇਰੈਂਟ ਮਤਲਬ ਹੈ ਆਉਣੀ ਚਾਹੀਦੀ ਖਵਾ ਉਹ ਕਰਾਚੀ ਵਿੱਚ ਸੀਟਾਂ ਹੈ ਜਾਂ ਮਤਲਬ ਹੈ ਮਤਲਬ ਪਖਤੂਨਖਵਾ 'ਚ ਹੈ ਜਾਂ ਪੰਜਾਬ ਵਿੱਚ ਹੈ ਜਾਂ ਬਲੋਚਿਸਤਾਨ 'ਚ ਹੈ ਔਰ ਦੂਸਰੀ ਜਿਹੜੀ ਮੇਨ ਆਰਗੂਮੈਂਟ ਇਹ ਆ ਇਸ 'ਚ ਹੈ ਕਿ ਸਾਡੀ ਕੰਸੈਂਸਿਸ ਜਿਹੜੇ ਦੇ ਜਾਂ ਮਤਲਬ ਹੈ ਇੱਕ ਅਦਾਦ ਸ਼ੁਮਾਰ ਜਿਹੜੇ ਦੇ ਉਹ ਇੰਟੈਕਟ ਰਹਿਣੇ ਕਿਉਂਕਿ ਉਹਨਾਂ ਲੋਕਾਂ ਕੀ ਵੋਟ ਤੋਂ ਮਹਿਰੂਮ ਨਹੀਂ ਕਰਨਾ ਚਾਹੀਦਾ ਇਹ ਗੱਲ ਸੁਣੀ ਕਰ ਸਕੇ 29 ਬੰਦੇ ਜਿਹੜਾ ਨਾ ਸਿਲੈਕਟ ਹੋਣੇ ਆਜ਼ਾਦ ਕਸ਼ਮੀਰ ਦੀ ਅਸੈਂਬਲੀ 'ਚ ਤੇ ਜਿਹੜੇ 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 ਫਿਰ ਤਰੀਕੇ ਨਾਲ ਚਲੋ ਜਿਸ ਤਰ੍ਹਾਂ ਵੀ ਹੈ ਅੱਗੇ ਹਕੂਮਤਾਂ ਲਾਦਾ ਜਾਂ ਪੀਪਲ ਪਾਰਟੀ ਨੇ ਹਕੂਮਤ ਦੱਸਣੀ ਮੁਸਲਿਮ ਕਾਨਫਰੰਸ ਦੇਸ਼ਨੀ ਜਾਂ ਪੀਪਲ ਮੁਸਲਿਮ ਲੀਗ ਨੇ ਦੇਸ਼ਨੀ ਚਲੋ ਉਹ ਵੀ ਇੱਕ ਬੜੀ ਜਮਾਤ ਹੈ ਇਸ ਲਈ ਸਾਡੀ ਜਿਹੜਾ ਆਜ਼ਾਦ ਕਸ਼ਮੀਰ ਨੀ ਅਗਰ ਇਹਨਾਂ ਨੇ ਅਗਰ ਉਹ ਇਹਨਾਂ 'ਚ ਕੋਈ ਵੀ ਇਸ਼ਨਾ ਤਾਂ ਦੁਆ ਚਲੋ ਜਿਹੜਾ ਇਲਜ਼ਾਮ ਲਾਉਣਾ ਲੇਕਿਨ 29 ਸੀਟਾਂ ਜਿਹੜੀਆਂ ਉਹ ਪਰਮਾਨੈਂਟ ਦੀਆਂ ਕਿਆ ਆਜ਼ਾਦ ਕਸ਼ਮੀਰ ਨੇ ਇਤਨਾ ਖਿੱਤਾ ਹੈ ਕਿ ਇਸ ਇਹਨਾਂ 29 ਦੀ ਬਾਅਦ ਵੀ ਕੋਈ ਅਸਾਂ ਜ਼ਰੂਰਤ ਪੈਣੀ ਜਿਸ ਤਰ੍ਹਾਂ ਮਾੜੇ ਕੋਲ ਲਿਸਟ ਜੀ ਸੀ ਜੇ ਰਿਫਿਊਜੀਜ਼ ਨੇ 12 ਸੀਟਾਂ ਆਈਆਂ ਲੇਡੀਜ਼ ਨੇ 5 ਸੀਟਾਂ ਆਈਆਂ ਉਲਮਾਏ ਮਿਸ਼ਾਹ ਨੇ ਇੱਕ ਸੀਟ ਹੈ ਇੱਕ ਟੈਕਨੋਕ੍ਰੇਟ ਨਹੀਂ ਹੈ ਅਤੇ ਇੱਕ ਓਵਰਸੀਜ਼ ਨਹੀਂ ਹੈ ਓਵਰਸੀਜ਼ ਕਿ ਚਲੋ ਅਸਾਂ ਰਹਿੰਦੇ ਹਾਂ ਕਿ ਅਸਾਂ ਇੱਥੇ ਰਹਿੰਦੇ ਜਿਹੜੇ ਜਿਨ੍ਹਾਂ ਤੱਕ ਆਜ਼ਾਦ ਕਸ਼ਮੀਰ ਨਾਲ ਹੈ ਕਿਆ ਇਹ 29 ਜਿਹੜੀਆਂ ਸੀਟਾਂ ਆਈਆਂ ਆਜ਼ਾਦ ਕਸ਼ਮੀਰ ਨੇ ਗੌਰਮੈਂਟ ਬਣਾਉਣ ਵਾਸਤੇ ਕਾਫੀ ਨਹੀਂ ਹੈ ਨਹੀਂ ਬਿਲਕੁਲ ਕਾਫੀ ਹੈ ਲੇਕਿਨ ਇਲੈਕਟੋਰਲ ਸਿਸਟਮ ਜਿਹੜਾ ਹੈ ਆਬਾਦੀ ਦੇ ਲਿਹਾਜ਼ ਨਾਲ ਔਰ ਜਿਹੜੇ ਮਕਬੂਜ਼ਾ ਕਸ਼ਮੀਰ ਸਾਡੇ ਭਾਈ 1947 ਇਜਤ ਕਰੀ ਆਏ ਉਸ ਤੋਂ ਪਹਿਲਾਂ ਜਾਂ ਬਾਅਦ ਹੀ ਚਾਹੇ ਉਹਨਾਂ ਦੀ ਨੁਮਾਇੰਦਗੀ ਜਾਂ ਉਹਨਾਂ ਕੀ ਵੋਟ ਹੱਕ ਜਿਹੜਾ ਨਾ ਬਹੁਤ ਜ਼ਰੂਰੀ ਹੈ ਕਿਉਂਕਿ ਕੱਲ੍ਹ ਅਗਰ ਰਾਇਸ਼ੁਮਾਰੀ ਹੋਣੀ ਮਤਲਬ ਮਸਲਾ ਕਸ਼ਮੀਰ ਜਿਹੜਾ ਆ ਮਤਲਬ ਉਹ ਬੁਨਿਆਦਾਂ ਉਸ ਨਹੀਂ ਹੈ ਨਾ ਕਿ ਰਿਫਰੈਂਡਮ ਹੋਣਾ ਚਾਹੀਦਾ ਰਾਇਸ਼ੁਮਾਰੀ ਹੋਣੀ ਚਾਹੀਦੀ ਉਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਇਹ ਜਿਹੜਾ ਇਹਨਾਂ ਵੋਟ ਜਿਹੜਾ ਇੰਟੈਕਟ ਹੈ ਔਰ ਆਇੰਦਾ ਵਾਸਤੇ ਜਿਸ ਤਰ੍ਹਾਂ ਕਿ ਮਕਬੂਜ਼ਾ ਕਸ਼ਮੀਰ ਵਿੱਚ ਭਾਰਤੀ ਹਕੂਮਤ ਜਿਹੜਾ ਆ ਉੱਥੇ ਇਸ ਜ਼ਿਲ੍ਹੇ ਕਿ ਚੇਂਜ ਕਰਨ ਵਾਸਤੇ ਉਹ ਬਾਹਰ ਤੋਂ ਲੋਕਾਂ ਕੇ ਆ ਕੇ ਉੱਥੇ ਵਸਾਉਣੇ ਔਰ ਇਹ ਇਹ ਮਤਲਬ ਬਹੁਤ ਬੜਾ ਮੁਤਾਲਬਾ ਆ ਮਤਲਬ ਹੈ ਔਰ ਇਤਰਾਜ਼ ਹੈ ਮਤਲਬ ਮਕਬੂਜ਼ਾ ਕਸ਼ਮੀਰ ਲੀਡਰਾਂ ਕੀ ਕੁਆਈਟ ਰਾਈਟਲੀ ਮੈਂ ਇਹ ਗੱਲ ਮੈਂ ਰਫੀਕ ਨਹੀਰ ਸਾਹਿਬ ਕੋਲ ਇਹ ਗੱਲ ਪੁੱਛਣਾ ਚਾਹੁੰਦਾ ਜਨਾਬ ਇਹ ਸਵਾਲ ਸਾਰਿਆਂ ਕੋਲ ਹੈ ਕਿ ਅਸਾਂ ਇੱਕ ਪਾਸੇ ਅਸਾਂ ਨੇ ਜੀ ਕਿ ਰਿਫਿਊਜੀਜ਼ ਕਿ ਅਸਾਂ ਜਿਹੜਾ ਅਸਾਂ ਜਿਹੜੇ ਬੰਦੇ ਮਕਬੂਜ਼ਾ ਕਸ਼ਮੀਰ ਜਿਹਨਾਂ ਤੱਕ ਹੈ ਆਜ਼ਾਦ ਕਸ਼ਮੀਰ ਵਿੱਚ ਰਹਿਣੇ ਜਾਂ ਪਾਕਿਸਤਾਨ ਵਿੱਚ ਰਹਿਣੇ ਅਸਾਂ ਉਹਨਾਂ ਕੀ ਅੱਗ ਦੇਣੇ ਵੋਟਿੰਗ ਨਾ ਜਿਹੜੇ ਸਾਡੇ ਖੁਦ ਨੈਸ਼ਨਲ ਹਨ ਜਿਹੜੇ ਜਿਹਨਾਂ ਤੱਕ ਲਿਬਰੇਸ਼ਨ ਫਰੰਟ ਨਾਲ ਅਸਾਂ ਉਹਨਾਂ ਕੀ ਕੀ ਨਾ ਗੈਸ਼ਨ ਦੇਣੇ ਅਤੇ ਕੀ ਨਾ ਅਸਾਂ ਉਹਨਾਂ ਕੀ ਉਹ ਕਰਨੇ ਇਹ ਵੀ ਇੱਕ ਸਵਾਲ ਹੈ ਕਿ ਇੱਥੋਂ ਇੱਕ ਪਾਸੇ ਮਾਜਰੀਨ ਕਿੱਥੋਂ ਆਉਣੇ ਠੀਕ ਹੈ ਉਹ ਹਨ ਉਹਨਾਂ ਕੀ ਅਸਾਂ ਅੱਗ ਦੇਣੇ ਕਿਉਂਕਿ ਉਹ ਬਾਰਡਰ ਕ੍ਰਾਸ ਕਰਦਾ ਇਸ ਨੇ ਉਹਨਾਂ ਕੀ ਅੱਗ ਦੇਣੇ ਲੇਕਿਨ ਜਿਹੜੇ ਉੱਥੇ ਰਹਿਣੇ ਉਹਨਾਂ ਕੀ ਅਸਾਂ ਕੀ ਨਾ ਅੱਗ ਦੇਣੇ ਲਿਬਰੇਸ਼ਨ ਫਰੰਟ ਨੇ ਸਿਲਸਿਲੇ 'ਚ ਪਾਕਿਸਤਾਨ ਗੌਰਮੈਂਟ ਆਜ਼ਾਦ ਕਸ਼ਮੀਰ ਨੇ ਆਲਮੋਸਟ ਤਕਰੀਬਨ ਤਮਾਮ ਪੋਲੀਟੀਕਲ ਪਾਰਟੀਜ਼ ਜਿਹੜਾ ਨੇ ਇਸ ਗੱਲ ਪਰ ਮੁਤਫਿਕ ਹਨ ਕਿ ਜੀ